ਤੁਸੀਂ ਐਂ ਕਰੋ ਫਿਰ ਮੇਰਾ ਮੁੱਲ ਪਾ ਕੇ ਦਿਖਾਓ ਜੇ ਹਿੰਮਤ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਨੇ। ਵਿਰੋਧੀ ਖਾਸ ਕਰਕੇ ਕਾਂਗਰਸ ਨੂੰ ਇਸਦਾ ਸਭ ਤੋਂ ਵੱਧ ਲਾਭ ਹੋਇਆ। ਆਪ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਾਂਗਰਸ ਆਪ ਵਿਧਾਇਕਾਂ ਨੂੰ ਮੋਟੀ ਰਕਮ ਦੇ ਕੇ ਖਰੀਦ ਰਹੀ ਹੈ। ਤਾਂ ਹੁਣ ਦੂਜੇ ਪਾਸੇ ਭਗਵੰਤ ਮਾਨ ਨੇ ਕੈਪਟਨ ਨੂੰ ਉਹਨਾਂ ਦਾ ਮੁੱਲ ਲਾਉਣ ਲਈ ਚੈਲੰਜ ਕੀਤਾ ਹੈ। ਕੈਪਟਨ ਦੇ ਨਾਂ ਤੇ ਪਾਈ ਇੱਕ ਵੀਡੀਓ 'ਚ ਭਗਵੰਤ ਮਾਨ ਨੇ ਇਹ ਕਹਿੰਦਿਆਂ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਕਿ ਮੁੱਲ ਵਿਕਾਊ ਮਾਲ ਦਾ ਹੁੰਦਾ ਹੈ ਅਤੇ ਜੇਕਰ ਕੈਪਟਨ 'ਚ ਹਿੰਮਤ ਹੈ ਤਾਂ ਉਹ ਭਗਵੰਤ ਮਾਨ ਦਾ ਮੁੱਲ ਪਾ ਕੇ ਦਿਖਾਉਣ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਦੋਸਤੋ, ਇਹ ਵੀਡੀਓ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸੰਬੋਧਨ ਕਰਕੇ ਬਣਾ ਰਿਹਾ। ਕੈਪਟਨ ਸਾਹਿਬ, ਜਦੋਂ ਕੁਛ ਦਿਨ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਕਾਂਗਰਸ ਜਿਹੜੀ ਹੈ ਉਹ ਲੋਕਾਂ ਵੱਲੋਂ ਨਕਾਰ ਦਿੱਤੀ ਗਈ ਹੈ, ਪਿੰਡਾਂ 'ਚੋਂ ਤੁਹਾਡੇ ਜਿਹੜੇ MP ਦੇ ਉਮੀਦਵਾਰ ਨੇ ਉਹਨਾਂ ਨੂੰ ਸਵਾਲਾਂ ਦੀ ਝੜੀ ਲੱਗ ਰਹੀ ਹੈ ਅਤੇ ਉਹ ਵਾਪਸ ਭੇਜੇ ਜਾ ਰਹੇ ਨੇ, ਅਤੇ ਤੁਸੀਂ ਫਿਰ ਆਮ ਆਦਮੀ ਪਾਰਟੀ ਦੇ MLA ਨਾਲ ਸੰਪਰਕ ਕਰ ਰਹੇ ਹੋ, ਇੰਨੇ ਕਰੋੜ ਲੈ ਲਾ ਤਾਂ ਕਿ ਆਮ ਆਦਮੀ ਪਾਰਟੀ ਦਾ ਇਹ ਪਰਸੈਪਸ਼ਨ ਬਣਾ ਦਿੱਤੀ ਜਾਵੇ ਤਾਂ ਖੇਡਗੀ। ਮੇਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਸੀਂ ਜਵਾਬ ਦਿੱਤਾ ਕਿ ਭਗਵੰਤ ਮਾਨ ਦਾ ਜਿਹੜਾ ਇਹ ਬਿਆਨ ਹੈ ਬਕਵਾਸ ਹੈ, ਮੈਂ ਇਹਨੂੰ ਡਸਟਬਿਨ 'ਚ ਸੁੱਟ ਦਾ, ਸਾਡੀ ਕਿਹੜਾ ਕੋਈ ਸਰਕਾਰ ਟੁੱਟਣ ਦਾ ਖਤਰਾ ਹੈ, ਸਾਨੂੰ ਕੀ ਲੋੜ ਹੈ MLA ਦੀ। ਕੈਪਟਨ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕੱਲ੍ਹ ਤੁਸੀਂ ਰੋਪੜ ਦੇ ਆਮ ਆਦਮੀ ਪਾਰਟੀ ਦੇ MLA ਅਮਰਜੀਤ ਸਿੰਘ ਸੰਧੂਆ ਨੂੰ ਸ਼ਾਮਿਲ ਕਰ ਲਿਆ, ਦੋ ਦਿਨਾਂ 'ਚ ਤੁਹਾਡੀ ਸਰਕਾਰ ਨੂੰ ਕਿਹੜਾ ਖਤਰਾ ਪੈਦਾ ਹੋ ਗਿਆ? ਇਹ ਘਟੀਆ ਰਾਜਨੀਤੀ ਤੁਸੀਂ ਕਿਉਂ ਕਰ ਰਹੇ ਹੋ ਕੈਪਟਨ ਸਾਹਿਬ? ਤੁਸੀਂ ਪੰਜਾਬ ਦੇ ਲੋਕਾਂ ਦੀ ਚਿੰਤਾ ਕਰੋ, ਤੁਸੀਂ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਚਿੰਤਾ ਕਿਉਂ ਕਰ ਰਹੇ? ਪੰਜਾਬ ਦੇ ਲੋਕਾਂ ਦੇ ਚੁੱਲ੍ਹੇ ਬੁੱਝ ਗਏ ਸਰ, ਉਹ ਤੁਹਾਡੇ ਵਾਅਦਿਆਂ ਵਾਲੇ ਜਾਲ 'ਚ ਫਸ ਗਏ, ਗਲਤੀ ਹੋ ਗਈ ਉਹਨਾਂ ਤੋਂ, ਪਛਤਾਉਂਦੇ ਨੇ ਹੁਣ। ਨਾ ਤਾਂ ਕਿਸੇ ਨੂੰ ਘਰ ਘਰ ਨੌਕਰੀ ਮਿਲੀ ਹੈ, ਨਾ ਕੋਈ ਕਰਜ਼ੇ ਮਾਫ਼ ਹੋਏ ਨੇ, ਨਾ ਕੋਈ ਬੁਢਾਪਾ ਪੈਨਸ਼ਨ ਮਿਲੀ ਹੈ, ਨਾ ਕੋਈ ਸਮਾਰਟਫੋਨ ਮਿਲੇ ਨੇ, ਨਾ 52,000 ਸ਼ਗਨ ਸਕੀਮ ਦਾ, ਨਾ 5 ਮਰਲਿਆਂ ਦੇ ਪਲਾਟ, ਬਲਕਿ ਜਿਹੜੇ ਲੋਕ ਕੰਮ ਕਰਦੇ ਸੀ ਟਰੱਕ ਜੁਨੇ ਨਾ ਵਗੈਰਾ, ਉਹ ਵੀ ਤੋੜ ਕੇ ਤੁਸੀਂ ਵਿਹਲੇ ਕਰਤੇ ਲੋਕ ਲੱਖਾਂ, ਅਤੇ ਤੁਸੀਂ ਪਾਰਟੀ ਨੂੰ ਤੋੜਨ ਦੇ ਆਮ ਆਦਮੀ ਪਾਰਟੀ ਦੇ, ਫਿਰ ਤੁਸੀਂ 13 MP ਲੜ ਕਿਉਂ ਰਹੇ ਹੋ? ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਲਓ ਅਤੇ ਮੁੜ ਕੇ ਖਰੀਦ ਲਿਓ, ਫਿਰ ਬਾਅਦ 'ਚ ਉਧਰੋਂ ਮੋਦੀ ਕਹੀ ਜਾਂਦਾ, ਕਹਿੰਦਾ ਮੈਂ ਖਰੀਦ ਲੂੰਗਾ ਇੰਨੇ, ਮਤਲਬ ਤੁਸੀਂ ਲੋਕ ਡੈਮੋਕ੍ਰੇਸੀ ਦਾ ਮਜ਼ਾਕ ਬਣਾਓਗੇ? ਪੈਸਾ ਕਿੱਥੋਂ ਆ ਰਿਹਾ ਫਿਰ ਤੁਹਾਡੇ ਕੋਲ? ਬਹੁਤ ਦੁੱਖ ਦੀ ਗੱਲ ਹੈ, ਆਈ ਵੁੱਡ ਸੇ ਸ਼ੇਮ ਔਨ ਯੂ ਸਰ। ਤੁਸੀਂ ਨਾਜਰ ਮਾਨਸ਼ਾਹੀਆਂ ਨੂੰ ਸ਼ਾਮਿਲ ਕਰ ਲਿਆ, ਤੁਸੀਂ ਅਮਰਜੀਤ ਸਿੰਘ ਨੂੰ ਸ਼ਾਮਿਲ ਕਰ ਲਿਆ, ਤੁਸੀਂ ਐਂ ਕਰੋ ਫਿਰ ਮੇਰਾ ਮੁੱਲ ਪਾ ਕੇ ਦਿਖਾਓ ਜੇ ਹਿੰਮਤ ਹੈ। ਕੈਪਟਨ ਸਾਹਿਬ, ਕੀਮਤ ਉਸ ਮਾਲ ਦੀ ਲੱਗਦੀ ਹੈ ਜਿਹੜਾ ਮੰਡੀ 'ਚ ਹੋਵੇ, ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀ ਕੀਮਤ ਲੱਗਦੀ? ਪੰਜਾਬ ਦੀ ਚਿੰਤਾ ਕਰ ਲਓ ਸਰ। ਭਗਵੰਤ ਮਾਨ ਇੱਥੇ ਹੀ ਨਹੀਂ ਰੁਕੇ, ਇਸ ਤੋਂ ਬਾਅਦ ਭਗਵੰਤ ਮਾਨ ਨੇ CM ਕੈਪਟਨ ਨੂੰ ਉਹਨਾਂ ਦੀ ਵੀਡੀਓ ਦਾ ਜਵਾਬ ਦੇਣ ਦਾ ਚੈਲੰਜ ਵੀ ਕੀਤਾ। ਇਸ ਦੇ ਨਾਲ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਰਿਆਸਤ ਕਿਵੇਂ ਮਿਲੀ ਇਸ ਦਾ ਖੁਲਾਸਾ ਕਰਨ ਦੀ ਗੱਲ ਵੀ ਆਖੀਏ। ਬਹੁਤ ਪੰਜਾਬ ਦਾ ਬੁਰਾ ਹਾਲ ਹੈ, ਆਈਲੈਟਸ ਕਰਕੇ ਸਾਡੇ ਧੀਆਂ ਪੁੱਤ ਬਾਹਰ ਭੱਜ ਰਹੇ ਨੇ, ਧਰਤੀ ਨੂੰ ਛੱਡ ਕੇ ਜਾ ਰਹੇ ਨੇ। ਤੁਸੀਂ ਆਪਣੇ ਤਿਕੜਮਬਾਜ਼ੀਆਂ 'ਚ ਪਏ ਹੋ, ਮੈਨੂੰ ਪਤਾ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ, ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਵਿਰੋਧੀ ਧਿਰ ਜਿਹੜੀ ਹੈ ਉਹ ਅਕਾਲੀ ਦਲ ਬਣ ਜਾਵੇ, ਠੀਕ ਹੈ, ਤਾਂ ਕਿ ਤੁਹਾਨੂੰ ਕੋਈ ਤੰਗ ਨਾ ਕਰੇ ਅਗਲੇ 2.5 ਸਾਲ। ਵਿਰੋਧੀ ਧਿਰ ਜਿਹੜੀ ਹੈ, ਕੋਈ ਗੱਲ ਨਹੀਂ, ਸਾਨੂੰ ਕੋਈ ਕੁਰਸੀਆਂ ਦਾ ਲਾਲਚ ਨਹੀਂ, ਤੁਸੀਂ ਕਰ ਲਓ ਤਿਕੜਮਬਾਜ਼ੀਆਂ, ਪਰ ਤੁਹਾਨੂੰ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ ਸਰ। ਐਡੇ ਵੱਡੇ ਅਹੁਦੇ 'ਤੇ ਤੁਹਾਨੂੰ ਪਹੁੰਚਾਇਆ ਲੋਕਾਂ ਨੇ, ਤੁਹਾਨੂੰ ਫੁੱਲਾਂ ਦੇ ਹਾਰ ਪਾਏ ਪਾਉਂਦੇ ਰਹੇ ਲੋਕ, ਪਰ ਆਹ ਜਿਹੜੀਆਂ ਤੁਸੀਂ ਤਿਕੜਮਬਾਜ਼ੀਆਂ ਕਰ ਰਹੇ ਹੋ ਇਹ ਗੱਲ ਕਰੋ। ਤੁਸੀਂ ਕਹਿੰਦੇ ਮੈਨੂੰ ਕੇਵਲ ਢਿੱਲੋਂ ਨੂੰ ਦੇ ਕਾਗਜ਼ ਭਰਨ ਵਾਲੇ ਦਿਨ ਕਿ ਮੈਨੂੰ ਇੱਥੇ ਫਿਰ ਆਉਣਾ ਪਊ, ਇੱਥੇ ਭਗਵੰਤ ਮਾਨ ਖੜਾ ਹੈ, ਮਤਲਬ ਤੁਸੀਂ ਭਗਵੰਤ ਮਾਨ ਨੂੰ ਹਰਾਉਣਾ ਹੈ ਕਿਉਂਕਿ ਉਹ ਪਾਰਲੀਮੈਂਟ 'ਚ ਬੋਲਦਾ ਹੈ, ਕਿਉਂਕਿ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲੀ ਵਾਰ ਸੰਸਦ ਦੀ ਹਿਸਟਰੀ 'ਚ ਸ਼ਰਧਾਂਜਲੀ ਦਵਾਤੀ ਉਹਨੇ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਨੂੰ ਉਹਨੇ ਸ਼ਰਧਾਂਜਲੀ ਦਵਾਤੀ 23 ਮਾਰਚ 2018 ਨੂੰ। ਤੁਸੀਂ ਹਰਾਉਣਾ, ਤੁਹਾਨੂੰ ਆਉਣਾ ਪਊ, ਮਤਲਬ ਸੋਨੀਆ ਗਾਂਧੀ ਨੂੰ ਵੀ ਆਉਣਾ ਪਊ ਸਰ, ਰਾਹੁਲ ਗਾਂਧੀ ਨੂੰ ਆਉਣਾ। ਅਗਲੀ ਵੀਡੀਓ ਦੇ ਵਿੱਚ ਸਰ ਮੈਂ ਤੁਹਾਡਾ ਉਹ ਕਿੱਸਾ ਦੱਸੂਗਾ ਕਿ ਤੁਹਾਨੂੰ ਪਟਿਆਲਾ ਰਿਆਸਤ ਕਿਵੇਂ ਮਿਲੀ। ਫਿਲਹਾਲ ਜੇ ਹਿੰਮਤ ਹੈ ਤਾਂ ਇਸ ਵੀਡੀਓ ਦਾ ਜਵਾਬ ਦੇ ਦਿਓ। ਮੈਂ ਪੰਜਾਬ ਦੇ ਨਾਲ ਖੜਾ ਸਰ, ਮੈਂ ਬਠਿੰਡੇ ਜਾ ਰਿਹਾ, ਅੱਜ ਸੰਗਰੂਰ ਵੀ ਜਾਊਂਗਾ, ਪੰਜਾਬ ਦੇ ਲੋਕ ਮੇਰੇ 'ਤੇ ਵਿਸ਼ਵਾਸ ਕਰ ਰਹੇ ਨੇ, ਮੈਂ ਉਹਨਾਂ ਦਾ ਵਿਸ਼ਵਾਸਘਾਤ ਕਦੇ ਨਹੀਂ ਕਰੂੰਗਾ ਜਿਵੇਂ ਤੁਸੀਂ ਕਰ ਰਹੇ ਹੋ ਲੋਕਾਂ ਨੂੰ। ਮੁੱਖ ਮੰਤਰੀ ਹੋ ਮੇਰੇ ਸੂਬੇ ਦੇ, ਤੁਸੀਂ ਆਖਿਆ ਸੀ ਮੈਂ ਆਖਰੀ ਵਾਰੀ ਲੜ ਰਿਹਾ ਇਲੈਕਸ਼ਨ, ਸਰ ਜਾਂਦੇ ਜਾਂਦੇ ਕੋਈ ਪੰਨ ਕੱਢ ਜਾਓ, ਲੋਕਾਂ ਦਾ ਭਲਾ ਕਰ ਦਿਓ, ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਬੁਝੋ। ਵੈਸੇ ਮੈਨੂੰ ਉਮੀਦ ਤਾਂ ਹੈ ਨਹੀਂ ਤੁਹਾਡੇ ਤੋਂ, ਪਰ ਫਿਰ ਵੀ ਮੈਂ
ਮੁੱਖ ਮੰਤਰੀ ਤੋਂ ਮੈਂ ਨਾਗਰਿਕ ਵੀ ਹਾਂ ਪੰਜਾਬ ਦਾ ਤੇ ਮੈਂ ਮੰਗ ਸਕਦਾ ਇਹ ਗੱਲ ਮੰਗ ਤਾਂ ਕਰ ਸਕਦਾ ਮੈਂ ਦੱਸ ਦਈਏ ਕਿ ਕੋਈ ਪਹਿਲਾ ਮੌਕਾ ਨਹੀਂ ਜਦੋਂ ਭਗਵੰਤ ਮਾਨ ਵੱਲੋਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਇਲਜ਼ਾਮ ਲਗਾਏ ਗਏ ਹੋਣ ਪਰ ਇਹ ਪਹਿਲਾ ਮੌਕਾ ਜ਼ਰੂਰ ਹੈ ਜਦੋਂ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦਾ ਮੁੱਲ ਪਾਉਣ ਲਈ ਚੁਣੌਤੀ ਦਿੱਤੀ ਹੋਵੇ ਹੁਣ ਦੇਖਣਾ ਹੀ ਹੋਵੇਗਾ ਕਿ ਸੀਐਮ ਕੈਪਟਨ ਭਗਵੰਤ ਮਾਨ ਦਾ ਚੈਲੰਜ ਕਬੂਲਦੇ ਨੇ ਜਾਂ ਫਿਰ ਇੱਕ ਅੱਧਾ ਹੋਰ ਵਿਧਾਇਕ ਉਹਨਾਂ ਦੀ ਝੋਲੀ ਚ ਆ ਬੈਂਦਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ